ਕਹਿੰਦੇ ਨੇ ਕਿ 7 ਆਜ਼ਾਦੀ ਘੁਲਾਟੀਏ ਇੱਕੇ ਪਿੰਡ ਮੇਸਰੀ ਸੰਧੂਆਂ 'ਚ ਹੋਏ ਅਤੇ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਪੜੋਤਾ ਇਸ ਵੇਲੇ ਸਾਡੇ ਨਾਲ ਮੌਜੂਦ ਹੈ। ਔਰ ਵਾਕਈ ਆਜ਼ਾਦੀ ਘੁਲਾਟੀਏ ਦਾ ਪਰਿਵਾਰ ਹੈ, ਉਹਦਾ ਜਿਉਂਦਾ ਜਾਗਦਾ ਸਬੂਤ ਆ ਇਹਨਾਂ ਦੇ ਕੋਲੇ ਹੈ, ਤਾਮਰ ਪੱਤਰ ਜਿਹੜਾ ਇਹਨਾਂ ਦੇ ਪੜਦਾਦੇ ਦੀਆਂ ਸੇਵਾਵਾਂ ਦੇ ਚੱਲਦੇ, ਪੜਦਾਦੇ ਦੇ ਸੰਘਰਸ਼ ਦੇ ਚੱਲਦਿਆਂ ਇਹਨਾਂ ਦੇ ਦਾਦੇ ਸਰਦਾਰ ਜੋਗਿੰਦਰ ਸਿੰਘ ਹੋਰਾਂ ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤਾ ਗਿਆ। ਸਾਡੇ ਨਾਲ ਨੇ ਸਰਦਾਰ ਸਾਹਿਬ ਭਾਈ ਜੀ, ਕੀ ਨਾਮ ਹੈ ਤੁਹਾਡਾ ਔਰ ਇਹ ਤਾਮਰ ਪੱਤਰ ਜਿਹੜਾ ਤੁਸੀਂ ਦਿਖਾ ਰਹੇ ਹੋ ਥੋੜ੍ਹਾ ਇਹਦੇ ਬਾਰੇ ਦੱਸੋਗੇ? ਮੇਰਾ ਨਾਮ ਤੇਜਾ ਸਿੰਘ ਆ ਜੀ, ਮੋਗੇ ਜ਼ਿਲ੍ਹੇ ਦੇ ਰਹਿਣ ਵਾਲੇ, ਅਤੇ ਇਹ ਤਾਮਨ ਪੱਤਰ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਿੱਤਾ, ਉਸ ਟਾਈਮ ਦੀ ਇੰਦਰਾ ਗਾਂਧੀ ਸੀ, ਕਿਉਂਕਿ ਜਿਹੜੇ ਸਾਡੇ ਵੱਡੇ ਬਜ਼ੁਰਗ ਸੀ ਪੜਦਾਦਾ ਜੀ, ਉਹਨਾਂ ਨੇ ਅੰਗਰੇਜ਼ਾਂ ਤੋਂ ਬਹੁਤ ਕੁੱਟਾਂ ਖਾਧੀਆਂ, ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ, ਜੈਤੋ ਦੇ ਮੋਰਚੇ 'ਚ ਵੀ ਰਹੇ। ਇਹ ਸਾਨੂੰ ਫਿਰ ਸਾਡਾ ਭਾਰਤ ਸਰਕਾਰ ਦੇ ਰਿਕਾਰਡ ਦੇ ਵਿੱਚ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ, ਇਹ ਸਾਡੇ ਪਰਿਵਾਰ ਦਾ ਨਾਂ ਬੋਲਦਾ ਜੀ। ਅੱਛਾ, ਅੱਜ ਤੁਹਾਡੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ, ਮੈਂ ਸੁਣਿਆ ਹੋਰ ਵੀ ਬੜੇ ਆਜ਼ਾਦੀ ਘੁਲਾਟੀਏ ਹੋਏ ਆ, ਹੋਰ ਵੀ ਕਈ ਤਰ੍ਹਾਂ ਦੇ ਸੰਘਰਸ਼ ਆ ਜਿਹੜੇ ਤੁਹਾਡੇ ਪਿੰਡ ਨੇ ਹਮੇਸ਼ਾ ਮੂਹਰੇ ਲੱਗ ਕੇ ਲੜੇ? ਹਾਂਜੀ, ਸਾਡੇ ਜੀ 7 ਆਜ਼ਾਦੀ ਘੁਲਾਟੀਏ ਹੋਏ ਆ, ਉਹਨਾਂ 'ਚੋਂ ਇੱਕ ਮਸ਼ਹੂਰ ਸੀ ਬਾਬਾ ਨਿਧਾਨ ਸਿੰਘ ਜੀ ਮੇਸਰੀ, ਉਹ MLA ਵੀ ਰਹੇ ਮੈਨੂੰ, ਮੈਂ ਤਾਂ ਚੋਣ ਲੜੇ ਸੀ, ਅਸੀਂ ਸੁਣਦੇ ਹੁੰਦੇ ਹਾਂ ਕਿਉਂਕਿ ਮੇਰਾ ਤਾਂ ਜਨਮ ਬਹੁਤ ਮਗਰੋਂ ਦਾ। ਅਤੇ ਉਹਦੇ ਨਾਲ ਬਾਬਾ ਜੀ ਦੇ ਨਾਲ ਸਾਥੀ ਸੀਗੇ 6 ਹੋਰ ਬਜ਼ੁਰਗ, ਉਹਨਾਂ 'ਚ ਸਾਡੇ ਪੜਦਾਦਾ ਜੀ ਸੀ ਜਥੇਦਾਰ ਮੋਹਨ ਸਿੰਘ ਜੀ, ਜਿਨ੍ਹਾਂ ਅੰਗਰੇਜ਼ਾਂ ਨੇ ਸਾਰੇ ਦੰਦ ਕੱਢਤੇ ਸੀ, ਸਾਡੇ ਦਾਦਾ ਜੀ ਦਾਦੇ ਦੇ ਬਾਪੂ ਸਾਫੇ ਦੇ ਲੜ ਬੰਨ ਕੇ ਕਹਿੰਦਾ ਦੰਦ ਲਿਆ ਸੀ। ਅੱਛਾ, ਅੱਜ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ, ਤੁਹਾਡੇ ਪਿੰਡ ਦੇ ਕਾਫੀ ਲੋਕ ਮੈਂ ਦੇਖ ਰਿਹਾ ਇਸ ਵੇਲੇ ਇੱਥੇ ਮੌਜੂਦ ਨੇ, ਕੀ ਸੋਚ ਕੇ ਕੀ ਲੱਗਦਾ ਇਸ ਅੰਦੋਲਨ ਨੂੰ ਆਪਾਂ ਦੇਖੀਏ ਤਾਂ ਤੁਹਾਡੇ ਪਰਿਵਾਰ ਨੇ ਤਾਂ ਉਹ ਸੰਘਰਸ਼ ਅੰਗਰੇਜ਼ਾਂ ਵੇਲੇ ਦੇ ਸੰਘਰਸ਼ ਵੇਖੇ ਆ, ਤਾਂ ਕਿਵੇਂ ਦੇਖਦੇ ਹੋ ਅੱਜ ਇਸ ਕਿਸਾਨੀ ਅੰਦੋਲਨ ਨੂੰ? ਅਸੀਂ ਜੀ ਉਸ ਵਿਰਾਸਤ ਦੇ ਵਿੱਚੋਂ ਆਪਦੀ ਵਿਰਾਸਤ ਨੂੰ ਅੱਗੇ ਚਾਲੂ ਰੱਖਣਾ ਚਾਹੁੰਦੇ ਹਾਂ, ਕਿਉਂਕਿ ਸੰਘਰਸ਼ ਯੋਧਿਆਂ ਦਾ ਪਰਿਵਾਰ ਆ ਗਾ, ਸਾਡਾ ਵੀ ਫਰਜ਼ ਬਣਦਾ ਸੀ ਆਪਦੇ ਬਜ਼ੁਰਗਾਂ ਦੇ ਲੀਹ ਦੇ ਉੱਤੇ ਚੱਲ ਗਏ, ਉਹਨਾਂ ਦੇ ਪਾਸੇ ਪੂਰਨਿਆਂ 'ਤੇ ਅਸੀਂ ਅੱਗੇ ਆਉਣ ਵਾਲੇ ਬੱਚਿਆਂ ਨੂੰ ਆਪਦਿਆਂ ਦੱਸਿਆਂਗੇ, ਕਿਉਂਕਿ ਸਾਡੇ ਬੱਚਿਆਂ ਨੂੰ ਸਾਨੂੰ ਪਤਾ ਲੱਗਾ ਸਾਡੇ ਮਾਂ ਪਿਓ ਤੋਂ ਕਿ ਸਾਡੇ ਦਾਦੇ ਪੜਦਾਦੇ ਦੀ ਕੁਰਬਾਨੀ ਆ, ਗਾ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਨੂੰ ਜੀ ਇਹ ਸੰਘਰਸ਼ 'ਤੇ ਕਦੇ ਵੀ ਕੋਈ ਵੀ ਸੰਘਰਸ਼ ਚੱਲੇ ਸਾਡਾ ਪਰਿਵਾਰ ਪਿੱਛੇ ਨਹੀਂ ਹਟਦਾ। 2020 ਵੀ ਆਹ ਟਰੈਕਟਰ ਟਰਾਲੀ ਮੇਰੀ ਅਤੇ ਗੋਰੇ ਬਾਈ ਦੀ ਦੋਨੇ ਭਰਾ ਹੀ ਆ, ਜਥੇਬੰਦੀ 'ਚ ਕੰਮ ਕਰਦੇ ਕ੍ਰਾਂਤੀਕਾਰੀ 'ਚ, ਅਸੀਂ 1 ਸਾਲ 13 ਮਹੀਨੇ ਪੂਰੇ ਸਿੰਘੂ ਬਾਰਡਰ ਤੋਂ ਨਹੀਂ ਲਿਆਏ, ਸਾਡਾ ਕਮਰਾ ਵੀ ਲੋਹੇ ਦਾ ਬਣਾਇਆ, ਇੱਥੇ ਜੇ ਪੱਕਾ ਮੋਰਚਾ ਕਰਾਂਗੇ ਫਿੱਟ ਵੀ ਕਰਾਂਗੇ, ਸਾਡੇ ਇਲਾਕੇ ਦਾ ਕੋਈ ਵੀ ਪਿੰਡ ਦਾ ਵਸਨੀਕ ਆਸੇ ਪਾਸੇ ਕਾਲਗੀ ਵਾਲਾ ਚੋਟੀਆਂ ਵੈਸੇ ਤਾਂ ਸਾਰੇ ਪਿੰਡ ਸਾਡੇ ਪਹੁੰਚੇ ਹੋਏ ਆ, ਕੋਈ ਰਹੂਗਾ ਉਹਦੀ ਸੇਵਾ ਵੀ ਕਰਦੇ ਅਤੇ ਕੋਲ ਰੱਖਦੇ ਵੀ ਰਹਿਣ ਪੈਣ ਦਾ ਪ੍ਰਬੰਧ ਸਾਡਾ ਪੂਰਾ। ਅੱਛਾ, ਤੁਹਾਡੇ ਪਿੰਡ ਦੇ ਨਾਮ 'ਤੇ ਹੋਰ ਵੀ ਕਈ ਸੰਘਰਸ਼ ਲੜਨ ਦਾ ਕਹਿੰਦੇ ਕਿ ਉੱਥੇ ਵੀ ਹਮੇਸ਼ਾ ਜ਼ਿਕਰ ਆਇਆ, ਕਿਹੜੇ ਕਿਹੜੇ ਸੰਘਰਸ਼ਾਂ ਦੇ ਵਿੱਚ ਤੁਹਾਡਾ ਪਿੰਡ ਮੋਹਰੀ ਰਿਹਾ? ਇਹਦਾ ਜੀ ਪਿੱਛੋਂ ਲੈ ਕੇ ਇਤਿਹਾਸ, ਜਿਵੇਂ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਅਟੈਕ ਕੀਤਾ, ਉੱਥੇ ਵੀ ਸਾਡੇ ਪੜ੍ਹੇ ਲਿਖੇ ਵਕੀਲ ਚਾਚਾ ਜੀ ਸਾਡੇ ਲੱਗਦੇ ਸੀ, ਦਵਿੰਦਰ ਸਿੰਘ ਬਾਊ, ਪੱਲੂ ਚਾਚਾ ਸੀਗਾ ਇੱਕ ਮੇਜਰ ਚਾਚਾ ਸੀ, ਇਹ ਤਿੰਨੇ ਦਰਬਾਰ ਸਾਹਿਬ ਦੇ ਵਿੱਚ ਜਿਸ ਦਿਨ ਜ਼ਾਲਮ ਸਰਕਾਰ ਨੇ ਗੋਲੀ ਚਲਾਈ ਆ ਅਟੈਕ ਹੋਇਆ, ਉੱਥੇ ਸ਼ਹੀਦੀਆਂ ਪਾ ਗਏ, ਅੱਜ ਤਾਈਂ ਉਹਨਾਂ ਦਾ ਕੋਈ ਪਤਾ ਨਹੀਂ ਗਾ। ਸਾਡਾ ਪਿੰਡ ਦਾ ਨਾਮ ਮੋਗੇ ਜ਼ਿਲ੍ਹੇ 'ਚ ਹੋ ਸਕਦਾ ਪਹਿਲੇ ਨੰਬਰ 'ਤੇ ਹੋਵੇ ਸਾਡੇ ਇਲਾਕੇ ਦੇ ਵਿੱਚ, ਵੀ ਇਹ ਪਿੰਡ ਪਿੱਛੇ ਨਹੀਂ ਹਟਦਾ। ਅੱਛਾ, ਇਸ ਹੁਣ ਵਾਲੇ ਸੰਘਰਸ਼ ਨੂੰ ਦੇਖੋ, ਕਈ ਤਰ੍ਹਾਂ ਦੇ ਸੰਘਰਸ਼ ਵੱਖਰੇ ਵੱਖਰੇ ਤਰ੍ਹਾਂ ਦੇ, ਇੱਕ ਸੰਘਰਸ਼ ਇੱਕ ਐਸੀ ਸਰਕਾਰ ਜਿਹੜੀ ਦੂਜੀ ਧਰਤੀ ਤੋਂ ਆ ਕੇ ਜਿਨ੍ਹਾਂ ਨੇ ਆ ਕੇ ਰਾਜ ਕੀਤਾ ਉਹਨਾਂ ਦੇ ਖਿਲਾਫ਼ ਸੀ, ਗੋਰਿਆਂ ਦੇ ਖਿਲਾਫ਼ ਸੀ, ਦੂਜਾ ਧਰਮ ਨਾਲ ਜੁੜਿਆ ਹੋਇਆ ਸੀ, ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਇਹ ਕਿਸਾਨੀ ਸੰਘਰਸ਼ ਆ ਜਿਹੜਾ ਕਿਤੇ ਨਾ ਕਿਤੇ ਆਪਣੀ ਸਰਕਾਰ ਦੇ ਨਾਲ ਇੱਕ ਸ਼ਾਂਤਮਈ ਅੰਦੋਲਨ ਦੀ ਜਿਹੜੀ ਚਰਚਾ ਹੋਈ ਹੈ, ਗੱਲ ਹੋਈ ਹੈ, ਪਰ ਇਹਦੇ ਵਿੱਚ ਨੁਕਸਾਨਿਆ ਵੀ ਗਿਆ, ਇੱਕ ਨੌਜਵਾਨ ਸ਼ੁਭ ਕਰਨ ਆ ਜਿਹੜਾ ਉਹ ਨੁਕਸਾਨਿਆ ਵੀ ਗਿਆ, ਕਿਵੇਂ ਦੇਖਦੇ ਹੋ ਇਹ ਸੰਘਰਸ਼ ਅੱਗੇ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ ਔਰ ਕਿਵੇਂ ਤੁਹਾਨੂੰ ਲੱਗਦਾ ਕਿ ਸੰਘਰਸ਼ ਜਿੱਤਿਆ ਜਾਣਾ?
ਪਹਿਲਾਂ ਤਾਂ ਮੈਂ ਉਹ ਸਾਡਾ ਜਿਹੜਾ ਯੋਧਾ ਸ਼ਹੀਦ ਹੋਇਆ ਉਹਨੂੰ ਇਹਨਾਂ ਹੱਥਾਂ ਨਾਲ ਨਮਨ ਕਰਦਾ। ਮੈਂ ਜਿਹੜੇ ਘਰਾਂ 'ਚ ਵੀ ਬੈਠੇ ਆ ਸਾਡੇ ਭੈਣ ਭਰਾ, ਉਹਨਾਂ ਨੂੰ ਵੀ ਕਹਿੰਦਾ ਇਹਨੂੰ ਯੋਧੇ ਨੂੰ ਯਾਦ ਕਰੋ। ਇਹ ਆਪਣੇ ਹੱਕਾਂ ਦੀ ਆਪਾਂ ਲੜਾਈ ਲੜਦੇ ਸੀ, ਆਪਾਂ ਦਿੱਲੀ ਨੂੰ ਚੱਲੇ ਸੀ ਸੈਂਟਰ ਸਰਕਾਰ ਦੇ ਕੋਲ ਆਪਦੇ ਹੱਕ ਲੈਣ ਵਾਸਤੇ। ਉਹ ਜਿਹੜੀ ਹਰਿਆਣਾ ਦੀ ਖੱਟਰ ਸਰਕਾਰ ਆ, ਸਰਕਾਰ ਦੇ ਕਹੇ ਤੋਂ ਬਿਨਾਂ ਕੋਈ ਗੋਲੀ ਨਹੀਂ ਚਲਾ ਸਕਦਾ। ਜੇ ਫੌਜ ਨੇ ਗੋਲੀ ਚਲਾਈ ਆ, ਸਰਕਾਰ ਦੇ ਕਹਿਣ 'ਤੇ ਚਲਾਈ ਆ, ਸਾਡਾ ਕਿਸਾਨ ਸ਼ਹੀਦ ਹੋਇਆ। ਇਸੇ ਕਰਕੇ ਉਹਨੂੰ ਵਿਚਾਰੇ ਨੂੰ ਸਦਾ ਦੁਨੀਆ 'ਚ ਯਾਦ ਰਹੂਗਾ, ਉਹ ਅਸੀਂ ਉਹਨੂੰ ਯਾਦ ਹੀ ਰੱਖਾਂਗੇ। ਮੈਂ ਜਿਹੜੇ ਕਿਸਾਨ ਘਰਾਂ 'ਚ ਵੀ ਬੈਠੇ ਉਹਨਾਂ ਨੂੰ ਵੀ ਕਹਿਣਾ ਉਹਨੂੰ ਵਿਚਾਰੇ ਨੂੰ ਯਾਦ ਕਰੋ, ਜਿੰਨੇ ਵੀ ਸ਼ਹੀਦ ਹੁੰਦੇ ਕਿਸਾਨੀ ਘੋਲ 'ਚ, ਇਹ ਆਪਣੇ ਹੱਕਾਂ ਦੀ ਲੜਾਈ ਆ, ਘਰੇ ਬਹਿ ਕੇ ਨਹੀਂ ਰਹਿਣਾ ਗਾ। ਘਰੇ ਤਾਂ ਬੈਠੇ ਰਹੋ ਠੀਕ ਆ, ਇਹ ਰਹਿਣੀ ਆ ਕਿਸੇ ਕੋਲ ਨਹੀਂ। ਅਸੀਂ ਤਾਂ ਗਿੱਜ ਗਏ ਹਾਂ, ਅਸੀਂ ਟਿਫਨ 'ਚ ਹੱਕ ਕੇ ਬੱਸ 'ਤੇ ਵੀ ਚੜ ਜਾਵਾਂਗੇ, ਕੋਈ ਪਰਵਾਹ ਨਹੀਂ ਗੀ ਯਾਰ। ਜਦੋਂ ਅਸੀਂ ਲੋਕਾਂ ਨੂੰ ਇਹ ਤਾਂ ਕਹਿ ਦਾਂਗੇ ਅਸੀਂ ਘੋਲ 'ਚ ਯਾਰ ਕੁੱਦਦੇ ਰਹੇ ਹਾਂ, ਤੁਸੀਂ ਤਾਂ ਜਾਣਦੇ ਨਹੀਂ ਸੀ, ਅੱਜ ਸਾਨੂੰ ਤਾਂ ਕੋਈ ਸ਼ਰਮ ਨਹੀਂ ਆ, ਜਾਂਦੇ ਕੰਮ ਕਰਨ। ਅਤੇ ਪਰ ਜਿਹੜਾ ਸਰਕਾਰਾਂ ਦਾ ਵਰਤੀਰਾ ਇਹ ਬਹੁਤ ਮਾੜਾ। ਅਤੇ ਭਗਵੰਤ ਮਾਨ ਨੂੰ ਵੀ ਮੈਂ ਕਹਿੰਦਾ, ਜੇ ਹਰਿਆਣਾ ਸਰਕਾਰ ਨੇ ਗੋਲੀ ਚਲਾਈ ਆ, ਤੁਰੰਤ ਐਕਸ਼ਨ ਲਵੇ, ਉਹ 'ਤੇ ਐਫ ਆਰ ਆਈ ਦਰਜ ਕਰੇ, ਪਰਚਾ ਕੱਟੇ, ਪਟਿਆਲੇ ਦਾ SSP ਸੁੱਤਾ ਪਿਆ। ਅੱਛਾ, ਅੰਦੋਲਨ ਨੂੰ ਜੇ ਜਿੱਤ ਵਾਲੇ ਪਾਸੇ ਲਿਜਾਣਾ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੇ ਨਾਲ, ਜਿਵੇਂ ਤੁਸੀਂ ਜ਼ਿਕਰ ਕੀਤਾ, ਤੁਸੀਂ ਆਗੂਆਂ ਨੇ ਹਮੇਸ਼ਾ ਕਿਹਾ ਕਿ ਸ਼ਾਂਤ ਬਈ ਅਸੀਂ ਅੱਗੇ ਵਧਾਂਗੇ, ਪਰ ਬੈਰੀਅਰ 'ਤੇ ਜਦੋਂ ਤਣਾਅ ਵੱਧ ਜਾਂਦਾ, ਐਸੇ ਹਾਲਾਤਾਂ ਦੇ ਵਿੱਚ ਕੀ ਲੱਗਦਾ ਜਿਵੇਂ ਦੇ ਅੱਗੇ ਪ੍ਰਬੰਧ ਨੇ, ਸੰਘਰਸ਼ ਦਿੱਲੀ ਜਾ ਕੇ ਜਿੱਤਿਆ ਜਾ ਸਕਦਾ, ਜਾਂ ਤੁਹਾਨੂੰ ਲੱਗਦਾ ਕਿ ਸੰਘਰਸ਼ ਜਿੱਥੇ ਵੀ ਬੈਠੇ ਹੈ ਕਿਤੇ ਵੀ ਸੰਘਰਸ਼ ਜਿੱਤਿਆ ਜਾ ਸਕਦਾ, ਔਰ ਸਰਕਾਰ ਤੱਕ ਆਪਣਾ ਸੁਨੇਹਾ ਜਿਹੜਾ ਹੈਗਾ ਪਹੁੰਚਾਉਣ ਦੇ ਲਈ ਤੁਹਾਨੂੰ ਲੱਗਦਾ ਕਿ ਰਸਤਾ ਕੋਈ ਹੋਰ ਵੀ ਤਿਆਰ ਹੋ ਸਕਦਾ? ਦਿੱਲੀ ਸਰਕਾਰ ਨੂੰ ਤਾਂ ਇੱਥੇ ਸਾਡਾ ਬੈਠਾ ਹੀ ਪਤਾ ਲੱਗਦਾ, ਦਿੱਲੀ ਸਾਡਾ ਜਾਣ ਦਾ ਮਤ ਕਿ ਸਾਡਾ ਵੀ ਹਿੱਸਾ ਦਿੱਲੀ 'ਚ, ਸਾਡੀ ਰਾਜਧਾਨੀ ਹੈ, ਜਿੰਨੇ ਹਕੂਮਤਦਾਨ ਆ, ਜਿੰਨੇ ਇਹ ਆ ਹੁਕਮਦਾਨ, ਇਹ ਸਾਰੇ ਦਿੱਲੀ 'ਚ ਬਹਿੰਦੇ ਆ। ਜੇ ਉੱਥੇ ਜਾਵਾਂਗੇ ਤਾਂ ਫਿਰ ਹੀ ਸਾਡੀ ਗੱਲ ਸੁਣਨਗੇ, ਅਸੀਂ ਰਸਤੇ 'ਚ ਵੀ ਬੈਠੇ ਤਾਂ ਕੋਈ ਚੱਕਰ ਨਹੀਂ, ਇੱਥੋਂ ਬਹਿ ਗਏ। ਜਿਹੜੀ ਆਲਟ ਵਾਲਟ ਦੇ ਸਾਡੀਆਂ ਖਬਰਾਂ, ਸਾਡੇ ਪੱਤਰਕਾਰ ਭਾਈਚਾਰਾ ਉਹ ਸਾਡੀਆਂ ਖਬਰਾਂ ਜੀ ਪਹੁੰਚਾਉਂਦੇ ਆ, ਉਹ ਸਾਡੀ ਖਬਰ ਪਹੁੰਚੀ ਜਾਊਗੀ। ਜੇ ਨਾ ਵੀ ਜਾਣ ਦੇਣਗੇ, ਅਸੀਂ ਬੈਠੇ ਹਾਂ, ਇਹ ਭਾਰਤ ਦੇਸ਼ ਦਾ ਉਹ ਰੋਡ ਆ ਜਿਹੜਾ ਇੱਕ ਨੰਬਰ ਆ, ਪਹਿਲਾ ਰੋਡ ਆ ਇਹ, ਇੱਕ ਨੰਬਰ ਚੱਲਦਾ ਸੀ, ਇੱਧਰੋਂ ਆਉਂਦਾ ਸੀ ਕਲਕੱਤੇ ਨੂੰ ਜਾਂਦਾ ਸੀ, ਇੱਕ ਨੰਬਰ ਰੋਡ 'ਤੇ ਹੀ ਬੈਠੇ। ਤੂੰ ਤੁਹਾਡੇ ਹੋਰ ਕੀ ਸਰਕਾਰ ਦੀ ਹੋਣੀ ਹੈ ਜੀ, ਸਾਡੀ ਜਿੱਤ ਹੀ ਆ, ਜਿੱਤ ਕੇ ਅੱਗੇ ਮੁੜੇ ਹਾਂ, 13 ਮਹੀਨਿਆਂ ਬਾਅਦ ਜਿੱਤ ਕੇ ਹੁਣ ਮੁੜਨਾ। ਕੋਈ ਸਾਡੀ ਲੱਗਦਾ ਤੁਹਾਨੂੰ ਕਿ ਜਿੱਤ ਯਕੀਨੀ? ਮੈਂ ਜੀ ਇਹਨਾਂ ਨੂੰ ਰੱਬ ਮੰਨਦਾ ਪਬਲਿਕ ਨੂੰ, ਮੁੜ ਕੇ ਅਗਲਾ ਕਹਿੰਦਾ ਖਣੀ ਕਾਮਰੇਡ ਖਿਆਲ ਹੋ ਗਏ, ਮੈਂ ਪਬਲਿਕ ਨੂੰ ਰੱਬ ਮੰਨਦਾ, ਰੱਬ ਨੂੰ ਰੱਬ ਨਹੀਂ ਮੰਨਿਆ ਜਾਂਦਾ। ਜਿਹੜੀ ਇਹ ਅਰਦਾਸ ਕਰ ਦੇਣਗੇ ਪੂਰੀ ਹੋਊਗੀ ਹਰ ਹਾਲਤ, ਕਿਉਂ ਗੁਰੂ ਗੋਬਿੰਦ ਸਿੰਘ ਦੀ ਧਰਤੀ ਆ, ਅਤੇ ਜਿਹੜੀ ਅਰਦਾਸ ਕਰਦੇ ਨੇ ਉਹ ਕਿਤੇ ਆਲੀ ਨਹੀਂ ਜਾਂਦੀ, ਇਹਨਾਂ ਦੀ ਹਰ ਹਾਲਤ ਪੂਰੀ ਹੋਣੀ। ਕਹਿੰਦੇ ਜਿੱਤ ਕੇ ਜਾਵਾਂਗੇ, ਇਹ ਸੰਘਰਸ਼ ਵੀ ਕਹਿੰਦੇ ਵਿਰਾਸਤ 'ਚ ਮਿਲਿਆ, ਵਿਰਾਸਤ 'ਚ ਬੜਾ ਕੁਝ ਮਿਲਦਾ ਪੰਜਾਬੀਆਂ ਨੂੰ, ਬੜਾ ਕੁਝ ਮਿਲਿਆ, ਪਰ ਨਾਲ ਸੰਘਰਸ਼ ਵੀ ਮਿਲਿਆ ਕਹਿੰਦੇ। ਅਤੇ ਜਿੱਤ ਪੜਦਾਦੇ ਤੋਂ ਸ਼ੁਰੂ ਹੋਏ, ਪੜਦਾਦੇ ਦੇ ਨਾਮ ਦਾ ਤਾਮਰ ਪੱਤਰ ਜਿਹੜਾ ਇੱਥੇ ਰੱਖੀ ਬੈਠੇ ਆ, ਅਤੇ ਕਹਿੰਦੇ ਨੇ ਕਿ ਹਜੇ ਸੰਘਰਸ਼ ਜਾਰੀ ਰਹੇਗਾ। ਕਿਵੇਂ ਦੇਖਦੇ ਹੋ ਜੀ ਸੰਘਰਸ਼ ਜਿਸ ਤਰ੍ਹਾਂ ਦੇ ਹਾਲਾਤਾਂ 'ਚੋਂ ਲੰਘ ਰਿਹਾ, ਕਿੰਨੀਆਂ ਚੁਣੌਤੀਆਂ ਤੁਹਾਨੂੰ ਲੱਗਦੀਆਂ ਨੇ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਹੋ ਸਕਦੀਆਂ? ਚੁਣੌਤੀਆਂ ਤਾਂ ਚੁਣੌਤੀਆਂ ਹੀ ਆ, ਚੁਣੌਤੀ ਹੈ ਜਿਹੜਾ ਬਾਰਡਰ ਸੀਲ ਕਰੀ ਬੈਠੇ ਹੈ, ਇਹਦੇ ਉੱਤੇ ਵੱਡੀ ਚੁਣੌਤੀ ਕੀ ਹੈ? ਅਸੀਂ ਇਸੇ ਕੰਟਰੀ ਦੇ ਵਾਸੀ ਹਾਂ, ਹੈ ਨਾ, ਅਤੇ ਸਾਨੂੰ ਤਾਂ ਐਂ ਸਮਝੀ ਖੜੇ ਜਿਵੇਂ ਚੀਨ ਤੋਂ ਆਏ ਹੁੰਦੇ ਆ, ਹੋਰ ਕੀ ਕਹਿਣਾ ਇਹਨਾਂ ਨੂੰ ਬਸ। ਕਿਉਂ ਕਿਉਂ ਲੱਗਦਾ ਹੈ ਕਿ ਕਿਉਂ ਤੁਹਾਨੂੰ ਲੱਗਦਾ ਹੈ ਕਿ ਇੱਥੋਂ ਤੀਕਰ ਸਰਕਾਰ ਪਹੁੰਚ ਗਈ? ਸ਼ਾਂਤਮਈ ਦਾ ਜ਼ਿਕਰ ਹੋਇਆ, ਪਹਿਲਾਂ ਵੀ ਲੰਘੇ ਸੀ ਦਿੱਲੀ ਨੂੰ, ਉੱਥੇ ਜਾ ਕੇ ਕੋਈ ਨੁਕਸਾਨ ਦੀ ਵੀ ਕਦੇ ਖਬਰ ਨਹੀਂ ਆਈ, ਕੀ ਲੱਗਦਾ ਹੈ ਕਿ ਸਰਕਾਰ ਨੇ ਇੱਥੇ ਡੱਕਿਆ ਕਿਉਂ, ਰੋਕਿਆ ਕਿਉਂ? ਸਰਕਾਰ ਦੀਆਂ ਨੀਤੀਆਂ ਮਾੜੀਆਂ ਜੀ, ਸਰਕਾਰ ਨੇ ਉਹ ਇੱਕ ਮੈਂ ਕਹਿਣਾ ਚਾਹੁੰਦਾ ਵੀ ਸਰਕਾਰ ਨੇ ਕੀ ਕਰਤਾ ਕਿ ਜਿਹੜਾ ਬਾਰਡਰ ਹੁੰਦੇ ਆ ਉਹ ਤਾਂ ਦੇਸ਼ਾਂ ਦੇ ਹੁੰਦੇ ਆ, ਇੱਕ ਸਟੇਟ ਦਾ ਹੀ ਬਾਰਡਰ ਬਣਾ ਕੇ ਇੱਕ ਸਟੇਟ ਹੀ ਅਲੱਗ ਕਰਤੀ ਸਰਕਾਰ ਨੇ। ਉਦੋਂ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਰੀ ਕ੍ਰਾਂਤੀ ਲਿਆਉਣ ਵਾਲਾ ਕੌਣ ਸੀ? ਇੱਕ ਪੰਜਾਬ ਦਾ ਕਿਸਾਨ ਸੀ ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆ ਕੇ ਦਿੱਤੀ,
ਤੇ ਅੱਜ ਉਹੋ ਹੀ ਕਿਸਾਨ ਨੂੰ ਰੋਣਾ ਤੇ ਰੋਲਿਆ ਜਾ ਰਿਹਾ, ਇੱਕੋ ਦਿੱਲੀ ਜਾ ਰਿਹਾ ਆਪਣੇ ਹੱਕ ਮੰਗਣ, ਮੰਗਾਂ ਮੰਗਣੇ ਹੱਕ ਆ ਸਾਡੇ, ਹੱਕ ਜਿਹੜੇ ਸਰਕਾਰ ਸਾਡੀ ਨੱਪੀ ਬੈਠੀ ਆ, ਉਹ ਹੱਕ ਲੈਣੇ ਚਾਹੁੰਦੇ ਅਸੀਂ, ਉਹ ਹੱਕ ਦਿੱਤੇ ਜਾਣ ਸਾਨੂੰ। ਅਤੇ ਇੱਕ ਸਾਨੂੰ ਇਹ ਕੀ ਰੋਡ ਸੀ ਇਹਨਾਂ ਨੂੰ ਰੋਡਾਂ 'ਤੇ, ਇੱਕ ਆਜ਼ਾਦੀ ਘੁਲਾੜੀਆਂ ਦੇ ਪਰਿਵਾਰ ਹੋ ਗਿਆ ਜੋ ਰੋਡਾਂ 'ਤੇ ਲੜ ਰਹੇ, ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ, ਬਜ਼ੁਰਗਾਂ ਦੇ ਬੱਚੇ ਗਾਂ ਉਹਨਾਂ ਦੇ ਖਾਨ ਵਾਰਸ ਰੋਲ ਰਹੇ ਆ, ਇੱਕ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਹੀ ਰੋਲ ਰਹੇ ਆ। ਤਾਂ ਕਹਿੰਦੇ ਨੇ ਕਿ ਜਿਹੜੇ ਪਰਿਵਾਰਾਂ ਨੇ ਦੇਸ਼ ਆਜ਼ਾਦ ਕਰਾਇਆ, ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਦੀ ਆਜ਼ਾਦੀ 'ਚ ਵੱਡਾ ਯੋਗਦਾਨ ਦਿੱਤਾ, ਅੱਜ ਉਹਨਾਂ ਦਾ ਪਰਿਵਾਰ, ਉਹਨਾਂ ਦੇ ਪੁੱਤ ਪੋਤਰੇ, ਉਹਨਾਂ ਦੇ ਟੱਬਰ ਆਪਣੀ ਦੇਸ਼ 'ਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਰੋਲਣ ਲਈ ਮਜਬੂਰ ਨੇ।